ਬੀਤੇ ਦਿਨੀ ਚੰਡੀਗੜ੍ਹ ਵਿਧਾਨ ਸਭਾ ਸੈਸ਼ਨ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕੀਤੀ ਗਈ ਸੀ ਤੇ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਸਿਆਸਤ ਵਿੱਚ ਹੜਕੰਪ ਮਚਿਆ ਹੋਇਆ। ਬਰਗਾੜੀ ਕਾਂਡ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸਾਹਮਣੇ ਆਇਆ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਤੇ ਉਧਰ ਅੱਜ ਸੁਖਪਾਲ ਖਹਿਰਾ ਨੇ ਲਾਈਵ ਹੋ ਕੇ ਅਕਾਲੀ ਦਲ ਖਿਲਾਫ਼ ਭੜਾਸ ਕੱਢਦੇ ਹੋਏ ਇੱਕ ਵੱਡੇ ਫੈਸਲੇ ਦਾ ਐਲਾਨ ਕਰ ਦਿੱਤਾ ਤੇ ਖਹਿਰਾ ਨੇ ਬਾਦਲ ਪਰਿਵਾਰ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਉਹਨਾਂ ਨੇ 40 ਦਿਨ ਦਾ ਸਮਾਂ ਪੰਜਾਬ ਸਰਕਾਰ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ 40 ਦਿਨਾਂ ਦੇ ਵਿੱਚ ਇਹਨਾਂ ਗਦਾਰਾ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸਭ ਨਾਲ ਗੱਲ ਕਰਕੇ ਇੱਕ ਰੋਸ ਮੁਜ਼ਾਹਰਾ ਕਰਾਂਗੇ। ਤੇ ਖਹਿਰਾ ਨੇ ਇਹ ਵੀ ਕਿਹਾ ਕਿ 1 ਤਰੀਕ ਨੂੰ ਨਡਾਲਾ ਚੌਂਕ ਵਿੱਚ ਇਹਨਾਂ ਦੋਸ਼ੀਆਂ ਦੇ ਪੁਤਲੇ ਫੂਕੇ ਜਾਣਗੇ ਤੇ ਸਭ ਨੂੰ ਇਹੋ ਅਪੀਲ ਹੈ ਕਿ ਹਰ ਖੇਤਰ ਵਿੱਚ ਵੱਸਦੇ ਲੋਕ ਵੀ ਇਹਨਾਂ ਦਾ ਪੁਤਲਾ ਫੂਕਣ। ਦੋਸਤੋ, ਤੁਸੀਂ ਸਾਰਿਆਂ ਨੇ ਜੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਾਈਵ ਬਹਿਸ ਹੋਈ ਪਰਸੋਂ, ਤੁਸੀਂ ਸਭ ਨੇ ਉਹਦਾ ਨਤੀਜਾ ਦੇਖ ਲਿਆ, ਵਿਚਾਰ ਸੁਣ ਰਹੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਰਿਪੋਰਟ ਦੇ ਉੱਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਜਿਹੜੇ ਗੁਨਾਹਗਾਰ ਸੀ, ਜਿਹੜੇ ਕੌਮ ਦੇ ਗਦਾਰ ਸੀਗੇ, ਉਹ ਉਦਣ ਵਿਧਾਨ ਸਭਾ ਦਾ ਪਲੇਟਫਾਰਮ ਛੱਡ ਕੇ ਭੱਜ ਗਏ ਉੱਥੋਂ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਕਿਸ ਮੂੰਹ ਦੇ ਨਾਲ, ਜੋ ਅਸੀਂ ਬੇਈਮਾਨੀਆਂ ਕੀਤੀਆਂ ਕੌਮ ਦੇ ਨਾਲ, ਜਿਸ ਢੰਗ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਬਹੁਤ ਸਰਸਰੀ ਜਿਹਾ ਲੈ ਕੇ, ਔਰ ਜਿਹੜੇ ਲੋਕ ਗੁਨਾਹਗਾਰ ਸੀ, ਜਿਹੜਾ ਵੋਟ ਬੈਂਕ ਦੀ ਰਾਜਨੀਤੀ ਕੀਤੀ ਅਕਾਲੀਆਂ ਨੇ, ਬਾਦਲ ਹੋਣਾ ਨੇ ਉਸ ਵੇਲੇ, ਉਹ ਤੁਹਾਡੇ ਸਾਹਮਣੇ ਸਾਰਾ ਕੁਛ ਆ ਗਿਆ। ਬਹਿਬਲ ਕਲਾਂ ਗੋਲੀਕਾਂਡ ਹੋਇਆ, 2 ਸਿੱਖ ਨੌਜਵਾਨ ਮਾਰੇ ਗਏ, ਉਹਦੇ 'ਤੇ ਵੀ ਇਹਨਾਂ ਨੇ ਸੈਣੀ ਵਰਗੇ ਜਿਹੜੇ ਐਂਟੀ ਸਿੱਖ ਆਫਿਸਰ ਸੀਗੇ, ਜਿਹਨਾਂ ਲੋਕਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਕੋਲਡ ਬਲੱਡਡ ਮਰਡਰ, ਯਾਨੀ ਕਿ ਝੂਠੇ ਪੁਲਿਸ ਮੁਕਾਬਲਿਆਂ ਵਿੱਚ, ਐਕਸਟਰਾ ਜੁਡੀਸ਼ਲ ਕਿਲਿੰਗਸ ਵਿੱਚ ਉਹਨਾਂ ਨੂੰ ਮਾਰਿਆ ਸੀਗਾ, ਉਹਨਾਂ ਨੂੰ ਇਹ ਬਚਾਉਂਦੇ ਰਹੇ ਔਰ ਇਹ ਫੇਸ ਨਹੀਂ ਕਰ ਸਕੇ ਪੰਜਾਬ ਦੀ ਵਿਧਾਨ ਸਭਾ, ਔਰ ਬੇਤੁਕੇ ਬੇਬੁਨਿਆਦ ਝੂਠੇ ਇਲਜ਼ਾਮ ਲਾਏ, ਜਿਹਨਾਂ ਦੀ ਚੁਣੌਤੀ ਅਸੀਂ ਬਹੁਤ ਵਾਰ ਦੇ ਚੁੱਕੇ। ਇਸ ਲਈ ਮੇਰੀਆਂ 2 ਅਪੀਲਸ ਕਰਨਾ ਚਾਹੁੰਦਾ ਮੈਂ, ਜਿੱਥੇ ਵੀ ਲੋਕ ਬੈਠੇ ਨੇ, ਗੁਰੂ ਨਾਨਕ ਨਾਮ ਲੇਵਾ ਜਿੱਥੇ ਬੈਠੇ ਨੇ, ਮੈਂ 2 ਇਸ ਸਿਲਸਿਲੇ ਵਿੱਚ 2 ਪ੍ਰੋਗਰਾਮ ਦੇਣਾ ਚਾਹੁੰਦਾ, 2 ਅਪੀਲਸ ਕਰਨਾ ਚਾਹੁੰਦਾ ਵਾਂ ਕਿ ਆਓ ਆਪਾਂ ਇਹਨਾਂ ਕੌਮ ਦੇ ਗਦਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਬਕ ਮਿਲ ਸਕੇ ਅਤੇ ਗਾਂਹ ਇਸ ਤਰ੍ਹਾਂ ਦੀ ਕੋਈ ਬੱਜਰ ਕੁਰਹਿਤ ਨਾ ਕਰੇ। ਇਸ ਨਜ਼ਰੀਏ ਦੇ ਨਾਲ ਆਪਾਂ ਜਿਹੜੀ ਅਪੀਲ ਕਰਾਂਗੇ ਉਹਦੇ 'ਤੇ ਅਮਲ ਕਰਨਾ ਵਾ, ਤਾਂ ਕਿ ਨਾਲ ਨਾਲ ਉਸ ਅਪੀਲ ਅਤੇ ਉਸ ਪ੍ਰੋਗਰਾਮ ਦੇ ਰਾਹੀਂ ਕਾਂਗਰਸੀ ਸਰਕਾਰ, ਕਿਉਂਕਿ ਉਹਨਾਂ ਨੇ ਹਾਫ ਹਾਰਟਿਡ ਐਕਸ਼ਨ ਲਿਆ ਉਦਣ, ਕਾਂਗਰਸ ਦੇ MLA ਨੇ, ਮੰਤਰੀਆਂ ਨੇ ਝੋਲੀਆਂ ਅੱਡ ਕੇ ਕੈਪਟਨ ਸਾਹਿਬ ਨੂੰ ਮਿੰਨਤ ਕੀਤੀ, ਔਰ ਬਲਕਿ ਸਾਰੇ ਬੁਲਾਰਿਆਂ ਨੇ ਉਹਨਾਂ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਅੱਜ ਹੀ ਕੋਈ ਠੋਸ ਨਿੱਕਰ ਐਕਸ਼ਨ ਤੁਸੀਂ ਦਿਓ, ਪਰ ਉਹਨਾਂ ਨੇ ਹਾਫ ਹਾਰਟਿਡ, ਯਾਨੀ ਕਿ ਇੱਕ ਐਕਸ਼ਨ ਲਿਆ ਅੱਧਾ ਪਛੱਧਾ, ਕਿ ਅਸੀਂ ਇਹ ਜਾਂਚ ਜਿਹੜੀ ਆ ਬਹਿਬਲ ਕਲਾਂ ਗੋਲੀਕਾਂਡ ਦੀ, ਇਹ ਜਿਹੜੀ CBI ਨੂੰ ਸੌਂਪੀ ਸੀਗੀ, ਉਹ ਅਸੀਂ ਵਾਪਸ ਮੰਗਾਵਾਂਗੇ ਅਤੇ SIT ਬਣਾ ਕੇ ਇੱਥੇ ਲੋਕਾਂ ਨੂੰ, ਦੋਸ਼ੀਆਂ ਨੂੰ ਸਜ਼ਾ ਦੇਵਾਂ। ਉਹ ਕਦੋਂ ਸਜ਼ਾ ਦੇਣੀ ਆ, ਕਦੋਂ SIT ਬਣਨੀ ਆ, ਕਿਹੜੇ ਕਿਹੜੇ ਲੋਕਾਂ ਨੂੰ ਨਾਮਜ਼ਦ ਕਰਨਾ, ਇਹ ਹਲੇ ਕੈਪਟਨ ਅਮਰਿੰਦਰ ਸਿੰਘ ਜੀ ਸਾਰੀ ਗੱਲ ਨੂੰ ਗੁਪਤ ਰੱਖ ਗਏ, ਔਰ ਇਹਦੇ 'ਚ ਨਿਰਾਸ਼ਤਾ ਕਾਂਗਰਸ ਨੂੰ ਵੀ ਬਹੁਤ ਜ਼ਿਆਦਾ ਹੋਈ। ਜਿਹੜੇ ਬੁਲਾਰੇ, ਜਿਹਨਾਂ ਨੇ ਵਿਚਾਰਿਆਂ ਨੇ ਝੋਲੀਆਂ ਅੱਡ ਕੇ ਮਿੰਨਤਾਂ ਕੱਢੀਆਂ, ਉਹਨਾਂ ਦੇ ਵੀ ਚਿਹਰੇ ਲੱਥ ਗਏ ਸੀ ਉਸੇ ਵੇਲੇ। ਇਸ ਲਈ ਇਸ ਨੂੰ ਅਮਲੀ ਜਾਮਾ ਪਹਿਰਾਉਣ ਵਾਸਤੇ, ਇਸ ਗੁਰੂ ਗ੍ਰੰਥ ਸਾਹਿਬ ਦੇ ਇੱਕ ਬਹੁਤ ਵੱਡੇ ਇਸ਼ੂ ਨੂੰ, ਇੱਕ ਬਹੁਤ ਵੱਡੀ ਜੋ ਗਦਾਰੀ ਕੀਤੀ ਅਕਾਲੀਆਂ ਨੇ, ਬਾਦਲਾਂ ਨੇ ਖਾਸ ਤੌਰ 'ਤੇ, ਇਸ ਦਾ ਹੋਰ ਵੱਡਾ ਪ੍ਰੈਸ਼ਰ ਬਿਲਡ ਕਰਨ 'ਤੇ ਕਾਂਗਰਸ ਗਵਰਨਮੈਂਟ 'ਤੇ ਮੈਂ 2 ਅਪੀਲਸ ਕਰਨਾ ਚਾਹੁੰਦਾ ਵਾਂ। ਪਹਿਲੀ ਅਪੀਲ ਮੇਰੀ ਇਹ ਆ ਕਿ ਪਰਸੋਂ 1 ਸਪਟੈਂਬਰ ਨੂੰ ਸਾਰਾ ਦਿਨ ਆਪਾਂ ਇਹ ਮਿਲ ਕੇ, ਜਿਹੜੇ ਕੌਮ ਦੇ ਗਦਾਰ ਨੇ, ਮੈਂ ਔਰਤਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ, ਔਰਤਾਂ ਦਾ ਲਾਉਣਾ ਵੀ ਨਹੀਂ ਚਾਹੁੰਦਾ, ਇਹਨਾਂ 4 ਕੌਮ ਦੇ ਗਦਾਰਾਂ ਦਾ ਪੁਤਲਾ ਫੂਕਿਆ ਜਾਵੇ ਪੈਨ ਪੰਜਾਬ, ਸਾਰੇ ਪੰਜਾਬ ਦੇ ਵਿੱਚ, ਜਿੱਥੇ ਜਿੱਥੇ ਭਾਵਾਂ ਆਪਣੇ ਪਿੰਡ ਫੂਕ ਦਿਓ, ਡਿਸਟ੍ਰਿਕਟ ਹੈੱਡਕੁਆਰਟਰ 'ਤੇ ਫੂਕ ਦਿਓ, ਬਲੋਕ ਲੈਵਲ 'ਤੇ ਫੂਕ ਦਿਓ, ਕਿਤੇ ਵੀ ਇਕੱਠੇ ਹੋ ਕੇ ਜਿਹੜੇ ਹਿਤੈਸ਼ੀ ਨੇ ਗੁਰੂ ਗ੍ਰੰਥ ਸਾਹਿਬ ਦੇ ਜਾਂ ਗੁਰੂ ਨਾਨਕ ਨਾਮ ਲੇਵਾ ਨੇ, ਕਿਉਂਕਿ ਗੁਰੂ ਨਾਨਕ ਨਾਮ ਲੇਵਾ, ਗੁਰੂ ਗ੍ਰੰਥ ਸਾਹਿਬ, ਸਾਰੇ ਧਰਮਾਂ ਦੀ, ਸਾਰਿਆਂ ਦੀ ਬਾਣੀ ਇਹਦੇ ਵਿੱਚ ਦਰਜ ਆ, ਇਹ ਸਾਂਝੀ ਵਾਲਤਾ ਦਾ ਇਹਦੇ ਨਾਲ ਵੱਡਾ ਪ੍ਰਤੀਕ ਨਹੀਂ ਹੈ ਕੋਈ ਵੀ। ਇਸ ਲਈ ਆਪਣਾ ਰੋਸ ਦਿਖਾਉਣ ਵਾਸਤੇ, ਕਾਂਗਰਸ ਗਵਰਨਮੈਂਟ 'ਤੇ ਪ੍ਰੈਸ਼ਰ ਬਿਲਡ ਕਰਨ ਵਾਸਤੇ, ਪਰਸੋਂ 1 ਸਪਟੈਂਬਰ ਨੂੰ ਸਾਰਾ ਦਿਨ, ਚਾਹੇ ਕੋਈ ਕਿਤੇ ਜਿੱਥੇ ਉਹ 10 ਬੰਦੇ ਇਕੱਠੇ ਹੋ ਕੇ, 25 ਬੰਦੇ ਇਕੱਠੇ ਹੋ ਕੇ, 100 ਬੰਦਾ ਇਕੱਠਾ ਹੋ ਕੇ ਇਹ ਪੁਤਲੇ ਫੂਕਾਂਗੇ,
ਤੇ ਉਹਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜਾਵੇਗਾ ਸਾਡੇ ਰੋਸ ਦਾ, ਸਾਡੇ ਪ੍ਰੋਟੈਸਟ ਦਾ। ਔਰ ਚਾਰ ਜਿਹੜੇ ਇਮੀਡੀਏਟਲੀ ਗਦਾਰ ਆਈਡੈਂਟੀਫਾਈ ਹੋਏ ਨੇ ਉਹਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸੁਮੇਧ ਸੈਣੀ, ਜਿਸ ਨੇ ਪੂਰੇ ਦੇ ਪੂਰੇ ਪਰਿਵਾਰ ਚੱਕ ਦਿੱਤੇ ਗੋਲੀਆਂ ਮਾਰ ਕੇ ਫੇਕ ਇਨਕਾਊਂਟਰ। ਚਲੋ ਆਪਣੇ ਰਿਸ਼ਤੇਦਾਰ ਤਾਂ ਮਾਰੇ ਹੀ ਮਾਰੇ ਉਹਨਾਂ ਨੇ ਫਰਨੈਸ ਵਿੱਚ ਸੁੱਟ ਕੇ, ਉਸ ਤੋਂ ਇਲਾਵਾ ਜਿਹੜਾ ਜਟਾਣਿਆਂ ਦਾ ਪਰਿਵਾਰ ਮਾਰਿਆ ਰੋਪੜ ਜ਼ਿਲ੍ਹੇ ਦੇ ਵਿੱਚ, ਮਤਲਬ 6 ਸਾਲ ਦੇ ਬੱਚੇ ਤੋਂ ਲੈ ਕੇ ਜਿੱਦਾਂ ਉਹ ਦਿਨ ਦੱਸਿਆ ਗਿਆ ਵਿਧਾਨ ਸਭਾ ਦੇ ਵਿੱਚ ਕਿ 82 ਸਾਲ ਦੇ ਬਜ਼ੁਰਗ ਤੱਕ ਜਿਉਂਦੇ ਸਾੜ ਦਿੱਤੇ। ਦਵਿੰਦਰਪਾਲ ਭੁੱਲਰ ਦੇ ਪਰਿਵਾਰ ਨਾਲ ਬਹੁਤ ਜ਼ੁਲਮ ਕੀਤਾ, ਬਹੁਤ ਵੱਡਾ ਇੱਕ ਉਹਨਾਂ ਦੇ ਨਾਲ ਜ਼ਿਆਦਤੀ ਹੋਈ ਆ। ਮੇਰੇ ਆਪਣੇ ਇਲਾਕੇ ਦੇ ਇੱਕ ਮਿਸਟਰ ਮੁਲਤਾਨੀ ਹੁੰਦੇ ਸੀਗੇ, IAS ਅਫਸਰ ਸੀਗੇ, ਡਾਇਰੈਕਟਰ ਰਿਟਾਇਰ ਹੋਏ ਸੀਗੇ ਪੰਜਾਬ ਸਰਕਾਰ 'ਚੋਂ, ਉਹਨਾਂ ਦਾ ਇੱਕ ਬਿਲਕੁਲ ਯੰਗ ਬੱਚਾ ਇਹ ਸੁਮੇਧ ਸਿੰਘ ਸੈਣੀ ਨੇ ਕੋਲਡ ਬਲੱਡਡ ਮਰਡਰ ਵਿੱਚ ਝੂਠੇ ਪੁਲਿਸ ਮੁਕਾਬਲੇ 'ਚ ਇੱਥੇ ਲਾਗਿਓਂ ਗੋਲੀ ਪਿਸਤੌਲ ਰੱਖ ਕੇ ਉਸਨੂੰ ਖਤਮ ਕਰ ਦਿੱਤਾ ਸੀ, ਮਾਰ ਦਿੱਤਾ ਸੀਗਾ। ਔਰ ਉਹ ਇੰਜੀਨੀਅਰਿੰਗ ਕਰਕੇ ਹਟਿਆ ਹੀ ਸੀਗਾ ਜਦੋਂ ਪੰਜਾਬ ਦਾ ਜਿਹੜਾ ਮਾਹੌਲ ਸੀਗਾ ਉਸ ਵਕਤ, ਤੇ ਪਰਮਾਤਮਾ, ਰੱਬ, ਗੁਰੂ ਸਭ ਨੂੰ ਭੁੱਲੇ ਹੋਏ ਸੀਗੇ। ਔਰ ਇੱਦਾਂ ਦੇ ਅਫਸਰਾਂ ਨੂੰ ਅਖੌਤੀ ਅਕਾਲੀ ਸਰਕਾਰ, ਅਖੌਤੀ ਪੰਥਕ ਸਰਕਾਰ ਨੇ ਇਹ ਸੁਮੇਧ ਸਿੰਘ ਸੈਣੀ ਨੂੰ DGP ਬਣਾ ਕੇ ਰੱਖਿਆ। ਔਰ ਅੰਜਾਮ ਤੁਹਾਡੇ ਸਾਹਮਣੇ ਆ ਕਿ ਉਹਨਾਂ ਤੋਂ ਕੀ ਕੀ ਉਹਨਾਂ ਨੇ ਕਰਵਾਇਆ ਅਤੇ ਕਿਸ ਤਰ੍ਹਾਂ ਗਲਤੀਆਂ ਕਰਾਈਆਂ। ਔਰ ਫਿਰ ਉਹਨੂੰ ਪਰਦਾ ਪਾਉਂਦੇ ਰਹੇ। ਇਹ 1 ਸਪਟੈਂਬਰ ਬਹੁਤ ਲਾਜ਼ਮੀ ਹੈ, ਪਰਸੋਂ ਦਾ ਦਿਨ ਕੀ ਬਣਦਾ ਹੈ, ਸ਼ਨੀਵਾਰ, ਪਰਸੋਂ ਸ਼ਨੀਵਾਰ 1 ਸਪਟੈਂਬਰ ਸਾਰੇ ਪੰਜਾਬ ਦੇ ਜਿੱਥੇ ਤੁਸੀਂ, ਮੈਂ ਆਪਣਾ ਆਗਾਜ਼ ਇਸ ਦਾ ਅਸੀਂ ਨਡਾਲੇ ਕਰਨ ਜਾ ਰਹੇ ਹਾਂ। ਮੇਰੇ ਭੁਲੱਥ ਹਲਕੇ ਦੇ ਵਿੱਚ ਨਡਾਲਾ ਸੈਂਟਰਲ ਕਸਬਾ ਵਾ, ਮੈਂ ਭੁਲੱਥ ਦੇ ਸਾਰੇ ਜਿੰਨੇ ਗੈਰਤਮੰਦ ਪੰਜਾਬੀ ਨੇ, ਸਿੱਖ ਨੇ, ਚਾਹੇ ਉਹ ਕਿਸੇ ਪਾਰਟੀ ਨਾਲ ਨੇ, ਔਰ ਅਕਾਲੀਆਂ ਨੂੰ ਵੀ ਅਪੀਲ ਕਰੂੰਗਾ ਕਿ ਅਕਾਲੀ ਸਤਿਕਾਰਯੋਗ ਭਰਾਵੋ, ਤੁਹਾਡਾ ਕੋਈ ਕਸੂਰ ਨਹੀਂ ਗਾ ਜਿਹੜੇ ਤੁਸੀਂ ਥੱਲੇ ਪਿੰਡਾਂ 'ਚ ਬੈਠੇ ਹੋ। ਇਹ ਤਾਂ ਉੱਪਰਲਿਆਂ ਨੇ 1000 ਕਰੋੜਾਂ ਰੁਪਏ ਦੀ ਸੰਪੱਤੀ ਇਕੱਠੀ ਕਰਨ ਲਈ ਆਪਣੇ ਧਰਮ ਨੂੰ ਵੀ ਛਿੱਕੇ 'ਤੇ ਟੰਗ ਦਿੱਤਾ, ਆਪਣੇ ਗੁਰੂ ਨੂੰ ਵੀ ਉਹਦੀ ਬੇਅਦਬੀ ਕਰਵਾ ਕੇ ਅਤੇ ਗੁਨਾਹਗਾਰਾਂ ਨੂੰ ਨਹੀਂ ਫੜਿਆ। ਇਹ ਤੁਹਾਡਾ ਕਸੂਰ ਨਹੀਂ ਗਾ, ਛੋਟੇ ਜਿਹੜੇ ਰੈਂਕ ਐਂਡ ਫਾਈਲ ਹੈ ਅਕਾਲੀ ਦਲ ਦੀ, ਮੇਰੀ ਤੁਹਾਨੂੰ ਵੀ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਹੈ ਕਿ ਆਓ ਇਸ ਵਿੱਚ ਸਾਡਾ ਸਾਥ ਦਿਓ। ਕਾਂਗਰਸ ਵਾਲਿਆਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਵੀ ਸਾਰਿਆਂ ਨੇ ਇੱਕ ਪੂਰਾ ਪੁਖਤਾ ਸਟੈਂਡ ਲਿਆ ਵਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ, ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਪੂਰਨ ਤੌਰ 'ਤੇ ਭੁਗਤੇ ਹੋ, ਔਰ ਬਾਦਲਾਂ ਦਾ ਪੂਰਾ ਪਰਦਾ ਚਿਹਰਾ ਬੇਨਕਾਬ ਕੀਤਾ ਵਾ, ਅਤੇ ਤੁਹਾਡਾ ਵੀ ਫਰਜ਼ ਬਣਦਾ ਕਿ 1 ਸਪਟੈਂਬਰ ਨੂੰ ਸਾਰੇ ਪੰਜਾਬ ਦੇ ਵਿੱਚ ਤੁਸੀਂ ਵੀ ਸੰਗਤ ਦੀ ਸ਼ਕਲ ਵਿੱਚ, ਇਸ ਵਿੱਚ ਕੋਈ ਅਕਾਲੀ, ਕੋਈ ਕਾਂਗਰਸ, ਕੋਈ ਆਮ ਆਦਮੀ ਪਾਰਟੀ ਨੂੰ ਅਪੀਲ ਨਹੀਂ ਕਰ ਰਿਹਾ, ਮੈਂ ਸਾਰਿਆਂ ਨੂੰ ਅਪੀਲਾਂ, ਲੋਕਾਂ ਨੂੰ ਅਪੀਲ ਕਰ ਰਿਹਾ, ਸਾਰੀ ਸੰਗਤ ਜਿਹੜੀ ਵਿਸ਼ਵਾਸ ਰੱਖਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਵਿੱਚ, ਸਭ ਨੂੰ ਅਪੀਲ ਹੈ ਮੇਰੀ ਹੱਥ ਜੋੜ ਕੇ ਦੁਬਾਰਾ ਕਿ 1 ਸਪਟੈਂਬਰ ਦਿਨ ਸ਼ਨੀਵਾਰ ਸਾਰੇ ਦਿਨ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਕਰ ਸਕਦੇ ਹੋ, ਮੈਂ ਆਪਣੇ ਇਲਾਕੇ ਨਡਾਲੇ ਵਿੱਚ ਕਰੂੰਗਾ। ਮੇਰੀ ਭੁਲੱਥ ਵਾਲਿਆਂ ਨੂੰ ਬਹੁਤ ਨਿਮਰਤਾ ਨਾਲ, ਪਿਆਰ ਨਾਲ, ਸਤਿਕਾਰ ਨਾਲ, ਸਾਰੇ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਬੇਨਤੀ ਆ ਕਿ ਆਓ ਆਪਾਂ ਆਪਣਾ ਰੋਸ ਦਾ ਪ੍ਰਗਟਾਵਾ ਕਰਨ ਵਾਸਤੇ ਇਹਨਾਂ ਕੌਮ ਦੇ ਗਦਾਰਾਂ ਦੇ ਪੁਤਲੇ 1 ਸਪਟੈਂਬਰ ਸ਼ਨੀਵਾਰ ਨੂੰ ਅਵਸ਼ ਸਾਰੇ ਪੰਜਾਬ ਦੇ ਵਿੱਚ ਫੂਕੇ। ਦੂਸਰਾ ਲੌਂਗ ਟਰਮ ਪ੍ਰੋਗਰਾਮ ਇਹ ਆ ਕਿ ਕਾਂਗਰਸ ਨੇ ਐਲਾਨ ਕੀਤਾ ਕਿ ਅਸੀਂ CBI ਤੋਂ ਜਾਂਚ ਵਾਪਸ ਲਵਾਂਗੇ ਅਤੇ ਨਾਲ ਪੰਜਾਬ ਪੁਲਿਸ ਦੀ SIT ਬਣਾ ਕੇ ਦੋਸ਼ੀਆਂ ਦੇ ਖਿਲਾਫ ਐਕਸ਼ਨ ਲਵਾਂਗੇ। ਲੇਕਿਨ ਉਦਣ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀ ਸਪੈਲ ਆਊਟ ਨਹੀਂ ਕੀਤੇ ਕਿ ਕੌਣ ਦੋਸ਼ੀ ਨੇ, ਔਰ ਹਲੇ ਵੀ ਕਾਂਗਰਸ ਨੇ ਜਿਹੜੀ FIR ਦਰਜ ਕੀਤੀ ਆ 130 ਨੰਬਰ ਜਿਹੜੀ ਬਾਜਾਖਾਨਾ ਪੁਰਾਣੀ FIR ਹੈ ਕਤਲ ਦੀ, ਜਿਹਦੇ 'ਚ ਬਹਿਬਲ ਕਲਾਂ ਦੇ 2 ਨੌਜਵਾਨ ਮਾਰੇ ਗਏ ਸੀਗੇ, ਉਹਦੇ 'ਚ ਹਲੇ 4 ਪੁਲਿਸ ਵਾਲਿਆਂ ਨੂੰ ਨਾਮਜ਼ਦ ਕੀਤਾ ਸਿਰਫ, ਔਰ ਉਹਨਾਂ ਨੂੰ ਵੀ ਅਰੈਸਟ ਨਹੀਂ ਕੀਤਾ, ਜ਼ਮਾਨਤ ਨਹੀਂ ਹੈ ਕਿਸੇ ਕੋਲ, ਕਤਲ ਦੇ ਵਿੱਚ ਤਾਂ ਜ਼ਮਾਨਤ ਮਿਲ ਵੀ ਨਹੀਂ ਸਕਦੀ। ਬਾਕੀ ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿੱਚ 1 ਦਰਜਨ ਦੇ ਕਲੀਪ ਪੁਲਿਸ ਵਾਲੇ ਜਿਹੜੇ ਡਾਇਰੈਕਟਲੀ ਇਨਵੋਲਵ ਕੀਤੇ ਉਹਨਾਂ ਨੇ ਪੁਲਿਸ ਫਾਇਰਿੰਗ ਵਿੱਚ, ਉਹਨਾਂ ਨੂੰ ਕਿਸੇ ਨੂੰ ਹਲੇ ਨਾਮਜ਼ਦ ਵੀ ਨਹੀਂ ਕੀਤਾ, ਅਰੈਸਟ ਤਾਂ ਕੀ ਕਰਨਾ ਸੀਗਾ। ਔਰ ਕੈਪਟਨ ਸਾਹਿਬ ਨੇ ਆਪਣੇ ਮੂੰਹੋਂ ਕਿਤੇ ਜ਼ਿਕਰ ਨਹੀਂ ਕੀਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵਕਤ ਦੇ ਮੁੱਖ ਮੰਤਰੀ ਨੇ ਤੜਕੇ 2 ਵਜੇ ਕਾਲ ਕੀਤੀ ਸੁਮੇਧ ਸਿੰਘ ਸੈਣੀ ਨੂੰ DGP, ਉਸ ਤੋਂ ਬਾਅਦ 6 ਵਜੇ ਪਹਿਲਾਂ ਲਾਠੀਚਾਰਜ ਹੁੰਦਾ ਕੋਟਕਪੂਰੇ, ਅਤੇ ਫਿਰ 9 ਵਜੇ ਦੇ ਕਰੀਬ 2 ਸਿੱਖ ਨੌਜਵਾਨਾਂ ਨੂੰ ਜਿਹੜੇ ਸ਼ਾਂਤਮਈ ਰੋਸ ਕਰ ਰਹੇ ਸੀਗੇ, ਪਾਠ ਕਰ ਰਹੇ ਸੀਗੇ, ਔਰ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਵਿੱਚ ਜ਼ੋਰਾ ਸਿੰਘ ਕਮਿਸ਼ਨ ਜਿਹੜਾ ਅਕਾਲੀਆਂ ਨੇ ਬਣਾਇਆ ਸੀ ਉਸ ਨੂੰ ਇਨਕੋਰਪੋਰੇਟ ਕਰਕੇ ਜ਼ੋਰਾ ਸਿੰਘ ਕਮਿਸ਼ਨ ਦੇ ਰਿਮਾਰਕਸ ਨੇ ਕਿ ਜਿਹੜੀ ਗੋਲੀ ਚਲਾਈ ਗਈ ਬਹਿਬਲ ਕਲਾਂ ਉਹ ਉੱਪਰੋਂ ਥੱਲੇ 1 ਗਜ਼ ਦੇ ਫਾਸਲੇ ਤੋਂ, 3.5 ਫੁੱਟ ਦੇ ਫਾਸਲੇ ਤੋਂ ਉੱਪਰੋਂ ਥੱਲੇ ਉਹ ਨੌਜਵਾਨਾਂ ਨੂੰ ਮਾਰਿਆ ਗਿਆ, ਯਾਨੀ ਕਿ ਉਹ ਧਰਨੇ 'ਤੇ ਬੈਠੇ ਸੀ ਭੁੰਜੇ, ਅਤੇ ਉੱਤੋਂ ਪੁਲਿਸ ਵਾਲਿਆਂ ਨੇ ਉੱਤੋਂ ਗੋਲੀ ਮਾਰ ਕੇ ਅਤੇ ਉਹਨਾਂ ਨੂੰ ਉੱਥੇ ਬੇਗੁਨਾਹ ਜਿਹੜੀ ਹੈ ਉਹ ਮੌਤਾਂ ਕੀਤੀਆਂ।
ਜਦਕਿ ਉਹ ਲਿੰਕ ਰੋਡ ਤੇ ਬੈਠੇ ਸੀ, ਉਹ ਕਿਸੇ ਮੇਨ ਰੋਡ ਨੂੰ ਬਲੌਕ ਵੀ ਨਹੀਂ ਕੀਤਾ ਸੀ ਉਹਨਾਂ ਨੇ। ਔਰ ਇਹ ਗੱਲ ਤਸਦੀਕ ਕੀਤੀ ਆ ਚੀਫ ਮਿਨਿਸਟਰ ਪੰਜਾਬ ਨੇ ਆਪਣੇ ਭਾਸ਼ਣ ਵਿੱਚ ਕਿ ਉਹ ਸਾਈਡ ਨੂੰ ਜਿਹੜੀ ਲਿੰਕ ਰੋਡ ਹੈ ਉਹਦੇ ਤੇ ਬੈਠੇ ਸੀ, ਉੱਥੋਂ ਜੇ ਬੈਠੇ ਵੀ ਰਹਿੰਦੇ ਤੇ ਏਡੀ ਗੋਲੀ ਮਾਰਨ ਦੀ ਕੀ ਲੋੜ ਸੀ। ਤੇ ਕੋਟਕਪੂਰੇ ਵੀ ਧਰਨਾ ਹੁਣ ਪੰਥਕ ਜਥੇਬੰਦੀਆਂ ਨੇ ਇਨਸਾਫ਼ ਮੋਰਚਾ ਲਾਇਆ ਹੋਇਆ ਬਰਗਾੜੀ ਵਿੱਚ, ਉਹ ਬੈਠੇ ਨੇ, ਉਹ ਪਿਛਲੇ ਲਗਭਗ 90 ਦਿਨ ਦੇ ਬੈਠੇ ਨੇ। ਲੇਕਿਨ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜਰ ਨਹੀਂ ਸਕੇ ਕਿ ਕੋਟਕਪੂਰੇ ਚੌਂਕ ਵਿੱਚ ਅਗਰ ਸੰਗਤ ਬੈਠੀ ਰਹਿੰਦੀ ਸ਼ਾਂਤਮਈ ਤੇ ਪਾਠ ਵਜੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ਼ ਕਰਦੇ ਵੀ ਰਹਿੰਦੇ ਰੋਸ, ਮਹੀਨਾ ਬੈਠੇ ਰਹਿੰਦੇ, ਦੋ ਮਹੀਨੇ ਬੈਠੇ ਰਹਿੰਦੇ, ਫਿਰ ਕੀ ਹੋ ਗਿਆ ਸੀਗਾ? ਤੁਸੀਂ ਵੀ ਤਾਂ ਕਿੰਨੇ ਮਹੀਨੇ ਬੁਰਜ ਜਵਾਹਰ ਸਿੰਘ ਵਾਲਾ ਜਿਹੜੀ ਬੇਅਦਬੀ ਹੋਈ ਸੀ ਉਹਦਾ ਤਾਂ ਕੋਈ ਐਕਸ਼ਨ ਹੀ ਤੁਸੀਂ ਲਿਆ ਸੀਗਾ। ਇਸ ਲਈ ਲੌਂਗ ਟਰਮ ਪ੍ਰੋਗਰਾਮ ਸਾਰਿਆਂ ਨਾਲ ਮਸ਼ਵਰਾ ਕਰਕੇ ਅਸੀਂ 40 ਦਿਨ ਦਾ ਅਲਟੀਮੇਟਮ ਦਿਆਂਗੇ ਪੰਜਾਬ ਸਰਕਾਰ ਨੂੰ ਕਿ ਤੁਹਾਨੂੰ ਅਸੀਂ ਰੀਜ਼ਨੇਬਲ ਟਾਈਮ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹਦੇ 'ਤੇ ਐਕਸ਼ਨ ਲਵੋ। ਅਗਰ 40 ਦਿਨਾਂ ਦੇ ਵਿੱਚ ਜਿਹੜੀ ਵੀ ਡੇਟ ਮਿੱਥਾਂਗੇ ਉਦੋਂ ਤੋਂ 40 ਦਿਨ ਦਾ ਐਕਸ਼ਨ ਦਿਆਂਗੇ ਅਲਟੀਮੇਟਮ ਸ਼ੋਰਟਲੀ, ਅਫਕੋਰਸ ਨੈਕਸਟ 3-4 ਦਿਨ ਦੇ ਵਿੱਚ ਹੀ, ਕਿ ਜੇ 40 ਦਿਨ ਤੋਂ ਬਾਅਦ ਵੀ ਤੁਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਔਰ ਜਿਹਨਾਂ ਲੋਕਾਂ ਨੇ ਬੱਚੇ ਮਾਰੇ ਸੀਗੇ ਉਹਨਾਂ ਦੇ ਖਿਲਾਫ਼ ਪੁਖਤਾ ਐਕਸ਼ਨ ਨਾ ਲਿਆ, ਤਾਂ ਫਿਰ ਅਸੀਂ ਸਾਰਿਆਂ ਨਾਲ ਮਸ਼ਵਰਾ ਕਰਕੇ ਇੱਕ ਰੋਸ ਵਿਖਾਵਾ, ਰੋਸ ਮਾਰਚ ਮੋਸਟ ਲਾਈਕਲੀ ਬਰਗਾੜੀ ਤੋਂ ਲੈ ਕੇ ਆਇਦਰ ਮੋਹਾਲੀ ਟੂਵਰਡ ਚੰਡੀਗੜ੍ਹ, ਜਾਂ ਬਰਗਾੜੀ 'ਚ ਜੋ ਫੈਸਲਾ ਕਰਨਗੇ ਸਾਰੀ ਜਥੇਬੰਦੀਆਂ, ਫਰੀਦਕੋਟ ਜ਼ਿਲ੍ਹੇ ਦੇ ਡਿਸਟ੍ਰਿਕਟ ਹੈੱਡਕੁਆਰਟਰਸ 'ਤੇ ਇੱਕ ਰੋਸ ਮਾਰਚ ਦਾ ਐਲਾਨ ਕਰਾਂਗੇ, ਪਰੰਤੂ ਉਹ ਸਭ ਨਾਲ ਮਸ਼ਵਰਾ ਕਰਕੇ। ਔਰ ਮੇਰੀ ਕਾਂਗਰਸ ਨੂੰ ਦੁਬਾਰਾ ਅਪੀਲ ਹੈ ਕਿ ਹੁਣ ਤੁਸੀਂ ਦੇਖ ਲਓ ਇੱਕ ਕਮਿਟਿਡ ਸਟੈਂਡ ਲਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਮਿਨਿਸਟਰਸ ਨੇ, ਉਹਨਾਂ ਦੇ ਬੁਲਾਰਿਆਂ ਨੇ ਇਹ ਕਿਹਾ ਵਾ ਅਮਰਿੰਦਰ ਸਿੰਘ ਨੂੰ ਕਿ ਬਾਦਲਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ। ਸੁਮੇਧ ਸਿੰਘ ਸੈਣੀ ਦੀ, ਤ੍ਰਿਪਤ ਬਾਜਵਾ ਨੇ ਤਾਂ ਬਹੁਤ ਅੱਛੀ ਤਕਰੀਰ ਕੀਤੀ, ਉਸਨੇ ਸੁਮੇਧ ਸਿੰਘ ਸੈਣੀ ਦਾ ਇੱਕ ਪੂਰਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਕੀਤਾ, ਕਿੱਦਾਂ ਇਹਨਾਂ ਨੇ ਲੋਕਾਂ ਨੂੰ ਮਾਰਿਆ, ਕਿੰਨੇ ਜ਼ਾਲਮ ਨੇ। ਔਰ ਅੱਜ ਵੀ ਉਸ ਦੇ ਖਿਲਾਫ਼ ਜਦੋਂ ਡੀ ਜੀ ਪੀ ਲਾਇਆ ਸੁਖਬੀਰ ਬਾਦਲ ਨੇ, ਉਦਣ ਵੀ ਉਹਦੇ ਖਿਲਾਫ਼ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ 3 ਬੰਦਿਆਂ, 3 ਬੇਗੁਨਾਹ ਲੋਕਾਂ ਦੇ ਕਤਲ ਦਾ ਇਲਜ਼ਾਮ ਸੀਗਾ, ਔਰ ਆਪਣੇ ਹੀ ਪਰਿਵਾਰ ਨਾਲ ਕਨੈਕਟਿਡ ਸੀਗੇ, ਉਹ ਵੀ ਅੱਜ ਦਿੱਲੀ ਦੀ ਅਦਾਲਤ ਵਿੱਚ ਚੱਲ ਰਿਹਾ। ਇਹ ਗੱਲ ਅਲੱਗ ਆ ਕਿ ਇਸ ਦੇਸ਼ ਵਿੱਚ ਕਈ ਵਾਰ ਇੰਨਾ ਲੰਬਾ ਚੱਲ ਜਾਂਦੇ ਆ ਜਿਹੜੇ ਅਦਾਲਤਾਂ ਦੇ ਮੁਕੱਦਮੇ, ਕਿ ਇਟ ਇਜ਼ ਐਜ਼ ਗੁੱਡ ਐਜ਼ ਜਸਟਿਸ ਡਿਲੇਡ ਇਜ਼ ਐਜ਼ ਗੁੱਡ ਐਜ਼ ਜਸਟਿਸ ਡਿਨਾਈਡ। ਉੱਥੇ ਉਹ ਜਿਹੜੀ ਅਮਰ ਕੌਰ ਸੀ ਜਿਹੜੀ ਉਸ ਪਰਿਵਾਰ ਦੀ ਲੜ ਰਹੀ ਸੀ ਇਹ ਕੇਸ, ਉਹ ਸ਼ਾਇਦ 90-92 ਸਾਲ ਦੀ ਹੋ ਕੇ ਗੁਜ਼ਰ ਗਈ, ਲੇਕਿਨ ਉਹਦੇ ਹੁੰਦਿਆਂ ਉਹ ਉਸ ਕੇਸ ਵਿੱਚ ਸੁਮੇਧ ਸਿੰਘ ਸੈਣੀ ਦੇ ਕੇਸ ਵਿੱਚ ਉਹਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਹ ਇਨਸਾਫ਼ ਹੁਣ ਆਪਾਂ ਲੈ ਕੇ ਦੇਣਾ, ਸਭ ਨੇ, ਲੋਕਾਂ ਨੇ ਲੈ ਕੇ ਦੇਣਾ ਵਾ। ਜਦੋਂ ਜਦੋਂ ਕੀ ਕਹਿੰਦੇ ਹੁੰਦੇ ਕਿ ਆਵਾਜ਼ੇ ਖਲਕਤ ਨਗਾਰਾ ਏ ਖੁਦਾ, ਇਹ ਅੱਜ ਆਵਾਜ਼ੇ ਖਲਕਤ ਬਣਾਉਣ ਦੀ ਲੋੜ ਹੈ ਇਸ ਸਾਰੇ ਇਸ਼ੂ ਦੇ ਉੱਤੇ, ਤਾਂ ਕਿ ਮੁੜ ਕੇ ਕੋਈ ਕਿਸੇ ਵੀ ਗ੍ਰੰਥ ਦੀ, ਨੋਟ ਓਨਲੀ ਕਿਸੇ ਇੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਹੈ ਅੱਜ, ਕੱਲ੍ਹ ਨੂੰ ਕਿਸੇ ਹੋਰ ਧਰਮ ਦੇ ਨਾਲ ਹੋ ਸਕਦਾ, ਅਸੀਂ ਉੱਦਾਂ ਹੀ ਖੜਾਂਗੇ ਤੁਹਾਡੇ ਨਾਲ ਵੀ, ਇਹ ਸਾਡਾ ਵਾਅਦਾ ਵਾ, ਕਿਉਂਕਿ ਇਹ ਮਨੁੱਖਤਾ, ਇਨਸਾਨੀਅਤ, ਮਾਨਵਤਾ, ਸਾਂਝੀਵਾਲਤਾ ਦੀ ਗੱਲ ਹੈ। ਸੋ ਦੋ ਅਪੀਲਸ ਮੈਂ ਕਰਨ ਜਾ ਰਿਹਾ ਕਿ 1 ਸਪਟੈਂਬਰ ਨੂੰ ਤਾਂ ਸ਼ਨੀਵਾਰ ਪਰਸੋਂ ਨੂੰ ਆਪਾਂ ਪੰਜਾਬ ਪੱਧਰ ਦੇ ਉੱਤੇ ਕੌਮ ਦੇ ਗਦਾਰਾਂ ਦੇ ਪੁਤਲੇ ਫੂਕਣੇ ਆ, ਅਤੇ ਜਿਹੜਾ ਲੌਂਗ ਟਰਮ ਪ੍ਰੋਗਰਾਮ ਹੈ ਉਹ ਸਾਰਿਆਂ ਨਾਲ ਮਸ਼ਵਰਾ ਕਰਕੇ 40 ਦਿਨ ਦਾ ਅਲਟੀਮੇਟਮ ਪੰਜਾਬ ਗਵਰਨਮੈਂਟ ਨੂੰ ਦੇ ਕੇ ਜੋ ਵੀ ਰੋਸ ਦਾ ਉਹ ਪ੍ਰੋਗਰਾਮ ਉਲੀਕਣਗੇ ਸਾਰੇ ਮਸ਼ਵਰੇ ਦੇ ਨਾਲ, ਵੈਦਰ ਇਟਸ ਟੂ ਬੀ ਅ ਮਾਰਚ, ਵੈਦਰ ਇਟਸ ਟੂ ਬੀ ਅ ਸਿਟ ਇਨ, ਵੈਦਰ ਇਟਸ ਟੂ ਬੀ ਅ ਧਰਨਾ, ਕੀ ਹੋਵੇਗਾ ਇਹ ਸਾਰਿਆਂ ਨਾਲ ਮਸ਼ਵਰਾ ਕਰਨ ਤੋਂ ਬਾਅਦ ਅਸੀਂ ਐਲਾਨ ਕਰਾਂਗੇ। 40 ਦਿਨ ਦਾ ਅਲਟੀਮੇਟਮ ਦਿਆਂਗੇ ਕਿਉਂਕਿ 40 ਦਿਨ ਬਹੁਤ ਹੁੰਦੇ ਗਵਰਨਮੈਂਟ ਟੂ ਐਕਟ, ਅਗਰ ਗਵਰਨਮੈਂਟ ਚਾਹੇ ਤਾਂ ਮੇਰਾ ਖਿਆਲ 48 ਘੰਟਿਆਂ 'ਚ ਦੋਸ਼ੀਆਂ ਨੂੰ ਫੜ ਸਕਦੀ, ਪਰ ਫਿਰ ਵੀ ਕਿਉਂਕਿ ਇੱਕ ਐਡਾ ਵੱਡਾ ਡਿਸਕਸ਼ਨ ਡਿਬੇਟ ਹੋਈ ਆ, 40 ਦਿਨ ਦੇ ਅਲਟੀਮੇਟਮ ਤੋਂ ਬਾਅਦ ਆਪਾਂ ਅਗਲਾ ਪ੍ਰੋਗਰਾਮ 40 ਦਿਨ ਦਾ ਅਲਟੀਮੇਟਮ ਦੇ ਦਿਆਂਗੇ, ਸਰਕਾਰ ਨੂੰ ਦਿਆਂਗੇ ਸ਼ੋਰਟਲੀ ਵਿਦ ਇਨ ਨੈਕਸਟ 3-4 ਡੇਜ਼ ਪਲਾਨ ਕਰਕੇ ਕਿ ਕਿਸ ਤਰ੍ਹਾਂ ਦਾ ਇਹ ਪ੍ਰੋਟੈਸਟ ਚਾਹੀਦਾ। ਬਾਕੀ ਆ ਬਲੋਕ ਸਮਿਤੀਆਂ, ਜ਼ਿਲ੍ਹਾ ਪਰਿਸ਼ਦ, ਛੋਟੀਆਂ ਗੱਲਾਂ ਨੇ, ਇਹ ਸਭ ਇਹ ਗੁਰੂ ਗ੍ਰੰਥ ਸਾਹਿਬ ਦੇ ਇਸ਼ੂ ਨਾਲੋਂ ਅੱਜ ਦੀ ਡੇਟ ਵਿੱਚ ਦੁਨੀਆ ਭਰ 'ਚ ਬੈਠੇ ਰਾਈਟ ਥਿੰਕਿੰਗ ਲੋਕ, ਸੈਕੂਲਰ ਫੋਰਸਿਸ ਦੇਸ਼ ਭਰ ਦੇ ਵਿੱਚ ਬੈਠੇ, ਅੱਜ ਸਭ ਤੋਂ ਪਹਿਲਾਂ ਇਹ ਫੈਸਲਾ ਹੋਣਾ ਪਊਗਾ ਕਿ ਕੀ ਇਸ ਦੇਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਮਿਲ ਸਕਦੀ ਹੈ। ਸਭ ਤੋਂ ਵੱਡਾ ਇਸ਼ੂ ਹੈ। ਸੋ ਮੈਂ ਤੁਹਾਡੇ ਸਾਰੇ ਜਿੱਥੇ ਵੀ ਤੁਸੀਂ ਬੈਠੇ ਮੇਰੀ ਗੱਲ ਸੁਣ ਰਹੇ ਹੋ, ਮੈਂ ਤੁਹਾਨੂੰ ਕਹੂੰਗਾ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਹ ਅਪੀਲਸ ਦੋਨੋਂ ਬਣਦੀਆਂ ਨੇ, ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤਾਂ ਕਿ ਇਟ ਗੋਜ਼ ਸਪਰੈਡਸ ਅਕ੍ਰੋਸ ਦ ਵਰਲਡ ਐਂਡ ਰੀਚਸ ਵਰਚੁਅਲੀ ਐਵਰੀ ਪੰਜਾਬੀ, ਵੈਦਰ ਇਜ਼ ਸਿਟਿੰਗ ਇਨ ਪੰਜਾਬ ਔਰ ਇਨ ਇੰਡੀਆ ਔਰ ਓਵਰਸੀਜ਼, ਤਾਂ ਕਿ ਇਸ 'ਤੇ ਐਕਸ਼ਨ ਲਿਆ ਜਾ ਸਕੇ। ਸੋ ਮੈਂ ਇਹਦਾ ਆਗਾਜ਼ ਕਰੂੰਗਾ 1 ਤਾਰੀਖ ਨੂੰ 4 ਵਜੇ ਅਸੀਂ ਨਡਾਲਾ
अड्डे के उत्ते नडाले चौंक के इन्हां कौम के गदारां के पुतले फूक के ते अपना रोस का प्रदर्शन करांगे। मैनूं उम्मीद है कि तुसीं सारे पंजाब भर के पहली सितंबर नूं शनिवार वाले दिन परसों अपने अपने लेवल के उत्ते तुसीं पुतले फूक के ते इन्हां दा मुजाहरा करोंगे तां कि गवर्नमेंट के उत्ते पूरा प्रैशर बिल्ड हो सके और इस दे उत्ते उन्हां नूं सख्त तो सख्त कार्रवाई एग्जैम्पलरी पनिशमेंट सो दैट इन फ्यूचर नोबडी डेयर्स टू कमिट एनी सॉर्ट ऑफ ए क्राइम अगेंस्ट योर ओन कम्यूनिटी। और जो अकालिया ने किया ਉਹਦਾ ਸਭ ਤੋਂ ਜ਼ਿਆਦਾ ਦੁੱਖ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ 'ਤੇ ਵੋਟਾਂ ਲੈ ਕੇ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖੇਡ ਕੇ ਤੁਸੀਂ ਪੰਜ ਪੰਜ ਵਾਰ ਸਰਕਾਰਾਂ ਬਣਾ ਲਈਆਂ, ਹੋਟਲ ਬਣਾ ਲਏ, ਬੱਸਾਂ ਬਣਾ ਲਈਆਂ, ਹਜ਼ਾਰਾਂ ਕਰੋੜਾਂ ਦੀ ਪ੍ਰੋਪਰਟੀਜ਼ ਬਣਾ ਲਈਆਂ, ਪਰੰਤੂ ਜਦੋਂ ਤੁਹਾਡੇ ਇਮਤਿਹਾਨ ਦੀ ਘੜੀ ਆਈ ਤਾਂ ਤੁਸੀਂ ਪਿੱਠ ਦਿਖਾ ਕੇ ਭੱਜ ਗਏ ਹੋ ਸਾਰੀ ਕੌਮ ਨੂੰ। ਇਸ ਲਈ ਤੁਹਾਨੂੰ ਕੌਮ ਦੇ ਖਿਤਾਬ ਗਦਾਰ ਦਾ ਖਿਤਾਬ ਦਿੱਤਾ ਜਾ ਰਿਹਾ। ਔਰ ਮੈਂ ਪਹਿਲਾਂ ਵਿਧਾਨ ਸਭਾ 'ਚ ਵੀ ਕਿਹਾ ਸੀਗਾ ਕਿ ਮੈਂ ਹਿੰਸਾ ਦਾ ਮੁਦਈ ਨੀਗਾ, ਪਰ ਸੁਖਬੀਰ ਸਿੰਘ ਬਾਦਲ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਦੁਨੀਆ ਭਰ 'ਚ ਬੈਠੇ ਲੋਕਾਂ ਦਾ ਅੱਜ ਤੁਹਾਡੇ ਨਾਲ ਨਾਰਾਜ਼ਗੀ ਆ। ਔਰ ਜਦੋਂ ਲੋਕ ਕੋਈ ਇਨਸਾਫ਼ ਮੰਗਦੇ ਨੇ, ਚਾਹੇ ਉਹ ਇਨਸਾਫ਼ ਮੋਰਚਾ ਵਾ, ਚਾਹੇ ਅਸੀਂ ਹਾਂ, ਚਾਹੇ ਕੋਈ ਹੋਰ, ਇਹ ਹਮੇਸ਼ਾ ਸਾਨੂੰ ਲੇਬਲ ਕਰਦੇ ਨੇ ਕਿ ISI ਦੇ ਏਜੰਟ ਨੇ, ਇਹ ਪਾਕਿਸਤਾਨ ਦੇ ਏਜੰਟ ਆ। ਮੈਂ ਸਾਰੇ ਬੈਠੇ ਆਪਣੇ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਜਿਹੜੇ ਬੈਠੇ ਨੇ 90 ਦਿਨਾਂ ਦੇ ਇਸ ਐਡੀ ਤਪਦੀ ਗਰਮੀ ਦੇ ਵਿੱਚ, ਕੀ ਤੁਹਾਨੂੰ ਲੱਗਦਾ ਉਹ ਪਾਕਿਸਤਾਨ ਦੇ ਏਜੰਟ ਨੇ? ਕੀ ਤੁਹਾਨੂੰ ਲੱਗਦਾ ਕਿ ਉਹ ISI ਦੇ ਏਜੰਟ ਨੇ? ਕੀ ਤੁਹਾਨੂੰ ਲੱਗਦਾ ਕਿ ਅਸੀਂ ਜਿਹੜੇ ਪਿਛਲੇ ਇੰਨੇ ਸਮੇਂ ਤੋਂ ਆਪਾਂ ਸਾਰੇ ਲੜ ਭਿੜ ਰਹੇ ਹਾਂ ਬੇਇਨਸਾਫ਼ੀ ਦੇ ਖਿਲਾਫ਼, ਭ੍ਰਿਸ਼ਟਾਚਾਰ ਦੇ ਖਿਲਾਫ਼, ਅਸੀਂ ISI ਦੇ ਏਜੰਟ ਹਾਂ? ਔਰ ਇਹ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਬੀੜਾ ਅਤੇ ਜਿਹੜਾ ਠੇਕਾ ਵਾ ਇਕੱਲੇ ਬਿਕਰਮਜੀਤ ਸਿੰਘ ਮਜੀਠਾ ਅਤੇ ਸੁਖਬੀਰ ਸਿੰਘ ਬਾਦਲ ਤੁਸੀਂ ਚੁੱਕਿਆ ਵਾ, ਜਿਹੜੇ ਤੁਹਾਡੇ ਬੰਦੇ ਨੂੰ ਕੁੱਟ ਪਈ ਨਾ ਉੱਥੇ ਯੂਬਾ ਸਿਟੀ ਵਿੱਚ, ਇਸ ਕਰਕੇ ਪਈ ਹੈ ਕਿਉਂਕਿ ਤੁਸੀਂ ਬੇਬੁਨਿਆਦ ਝੂਠੇ ਮਨ ਘੜਤ ਇਲਜ਼ਾਮ ਲਾਉਂਦੇ ਹੋ। ਜਿੱਦਾਂ ਤੁਸੀਂ ਉਦਣ ਬਹਿਸ ਤੋਂ ਭੱਜਣ ਵਾਸਤੇ ਸਾਡੇ 'ਤੇ ਇਲਜ਼ਾਮ ਲਾਤਾ ਕਿ ਇਹ ਰਿਪੋਰਟ ਜਿਹੜੀ ਆ ਉਹ ਕਿਸੇ ਫਾਰਮ ਹਾਊਸ 'ਤੇ, ਹਾਲਾਂਕਿ ਉਹ ਫਾਰਮ ਹਾਊਸ ਦੇ ਮਾਲਕ ਨੇ ਵੀ ਆਣ ਕੇ ਕੱਲ੍ਹ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ 100% ਇਹਨਾਂ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ, ਪਰ ਢੀਠ ਹੀ ਇੰਨੇ ਨੇ ਫਿਰ ਇਲਜ਼ਾਮ ਲਾਈ ਜਾਂਦੇ। ਔਰ ਉਦਣ ਮੇਰੇ ਖਿਆਲ ਬਾਜਵਾ ਸਾਹਿਬ ਨੇ ਅਤੇ ਨਵਜੋਤ ਸਿੱਧੂ ਨੇ ਵੀ ਕਿਹਾ ਕਿ ਮੰਨ ਲਿਆ ਕਿ ਕੋਈ ਸਾਜਿਸ਼ ਹੋਈ ਹੈ, ਕੋਈ ਮੀਟਿੰਗ ਹੋਈ ਆ, ਪਰ ਤੱਥ ਤਾਂ ਇਸ ਰਿਪੋਰਟ ਦੇ ਵਿੱਚ ਨੇ। ਤੁਸੀਂ ਤੱਥਾਂ ਨੂੰ ਨਕਾਰੋ ਕਿ ਕਿੱਦਾਂ ਬੁਰਜ ਜਵਾਹਰ ਸਿੰਘ ਵਾਲੇ ਬੇਅਦਬੀ ਹੋਈ, ਕਿੱਦਾਂ ਉੱਥੇ ਪੋਸਟਰ ਲਾਏ ਗਏ ਤੁਸੀਂ ਸੁੱਤੇ ਪਏ ਰਹੇ, ਕਿੱਦਾਂ ਤੁਸੀਂ ਗੋਲੀਆਂ ਚਲਾ ਕੇ ਉੱਥੇ ਇੱਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਲੋਕਾਂ ਦੇ ਉੱਤੇ ਲਾਠੀਆਂ ਭਰਾਈਆਂ, ਗੋਲੀਆਂ ਮਾਰੀਆਂ, ਤੱਥ ਥੋੜ੍ਹੋ ਕਿਤੇ ਛੁੱਪ ਗਏ ਨੇ। ਔਰ ਇਹ ਤੱਥ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚੋਂ ਵੀ ਆਏ ਨੇ। ਇਹ ਤੱਥ ਜਿਹੜੀ ਸਿੱਟ ਬਣਾਈ ਸੀ ਸੁਖਬੀਰ ਸਿੰਘ ਬਾਦਲ ਨੇ ਇੰਦਰਪ੍ਰੀਤ ਸਿੰਘ ਸੋਹੋਟਾ ADGP ਦੀ, ਇਹ ਉਹਦੇ ਵਿੱਚ ਵੀ ਸਾਹਮਣੇ ਆਏ ਨੇ। ਇਹ ਤੱਥ ਰਣਬੀਰ ਸਿੰਘ ਖੱਟੜਾ ਦੀ ਜਿਹੜੀ SIT ਬਣਾਈ ਗਈ ਆ ਉਹਦੇ ਵਿੱਚ ਵੀ ਆਏ ਨੇ। ਤੱਥ ਥੋੜ੍ਹੇ ਛੁੱਪਦੇ ਨੇ, ਇਸ ਲਈ ਇਹ ਜਿਹੜਾ ਬਹਾਨਾ ਬਣਾ ਕੇ ਵਿਧਾਨ ਸਭਾ 'ਚੋਂ ਭੱਜ ਗਏ ਉਦਣ ਅਤੇ ਸਾਡੇ 'ਤੇ ਇਲਜ਼ਾਮ ਲਾਤਾ ਕਿ ਖਹਿਰੇ ਨੇ, ਜਸਟਿਸ ਰਣਜੀਤ ਸਿੰਘ ਨੇ, ਦਾਦੂਵਾਲ ਨੇ, ਇਹਨਾਂ ਨੇ ਕੋਈ ਮੀਟਿੰਗਾਂ ਕੀਤੀਆਂ, ਇਹ 100% ਝੂਠ ਬੋਲਿਆ। ਔਰ ਮੈਂ ਤਾਂ ਉਦਣ ਹੀ ਚੁਣੌਤੀ ਦਿੱਤੀ ਸੀ ਕਿ ਸੁਖਬੀਰ ਸਿੰਘ ਬਾਦਲ ਲਾਗੇ ਸੁਣਦਾ ਸੀਗਾ ਕਿ ਜੇ ਤੂੰ ਸਾਬਤ ਕਰ ਦੇਵੇਂ ਤਾਂ ਅਸਤੀਫਾ ਮੈਂ ਦਊਂਗਾ ਭਲੱਥ ਤੋਂ, ਅਤੇ ਜੇ ਤੁਸੀਂ ਸਾਬਤ ਨਾ ਕਰ ਸਕੇ ਤਾਂ ਕੀ ਜਲਾਲਾਬਾਦ ਦੀ ਸੀਟ ਤੋਂ ਅਸਤੀਫਾ ਦੇਵੇਂਗਾ? ਫਿਰ ਮੂੰਹ ਨਹੀਂ ਕੀਤਾ ਮੇਰੇ ਵੱਲ, ਕਿਉਂਕਿ ਇਸ ਮਸਲੇ 'ਤੇ ਪੰਜਾਬ ਵਿਧਾਨ ਸਭਾ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ ਜਿਹੜੀ ਸੁਖਬੀਰ ਬਾਦਲ ਦੇ ਇਲਜ਼ਾਮਾਂ ਦੀ ਤਸਦੀਕ ਕਰੇਗਾ। ਕਿਉਂਕਿ ਵੈਸੇ ਤਾਂ ਚੀਫ ਮਿਨਿਸਟਰ ਨੇ ਪੰਜਾਬ ਨੇ ਉੱਥੇ ਕਹਿਤਾ ਸੀਗਾ ਕਿ ਜਿਹੜੇ ਟਾਵਰ 'ਤੇ ਚੁੱਕੀ ਫਿਰਦਾ ਵਾ ਇਹ ਟਾਵਰ ਹੀ ਹੈ ਨਹੀਂ ਗੇ, ਜਿਹੜੀਆਂ ਲੋਕੇਸ਼ਨਾਂ ਸਾਡੀਆਂ ਇਹ ਸ਼ੋਅ ਕਰਦਾ ਵਾ ਇਹ ਟਾਵਰ ਹੀ ਐਗਜਿਸਟ ਨਹੀਂ ਕਰਦੇ। ਸੋ ਆਈ ਪੋਸੀਬਲੀ ਥਿੰਕ ਕਿ ਸੁਖਬੀਰ ਬਾਦਲ ਨੇ ਉਹ ਸਾਰੀਆਂ ਲੋਕੇਸ਼ਨਾਂ ਅਤੇ ਕਾਲ ਰਿਕਾਰਡਸ ਅਤੇ ਚਾਰਟ ਆਪ ਹੀ ਆਪਣੇ ਘਰ ਬਹਿ ਕੇ ਬਣਾ ਕੇ ਆਪਣੀ ਜਿਹੜੀ ਕਮਜ਼ੋਰੀ ਸੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜੋ ਉਹਨਾਂ ਦੀ ਬੇਈਮਾਨੀ ਸੀ ਉਸ ਨੂੰ ਛੁਪਾਉਣ ਵਾਸਤੇ ਸਾਰੀ ਕਰਤੂਤ ਖੇਡੀ ਸੀ, ਕੰਮ ਕੀਤਾ ਸੀਗਾ, ਪਰ ਉਹਦੇ ਉਲਟਾ ਪਿਆ ਸਾਰਾ। ਸੋ ਇਸ ਲਈ ਸਾਰੇ ਵਿਸ਼ਵ 'ਚ ਬੈਠੇ ਲੋਕਾਂ ਨੂੰ, ਪੰਜਾਬ ਸਤਿਕਾਰਯੋਗ ਸਭ ਨੂੰ ਅਪੀਲ ਕਰਦਾ ਕਿ 1 ਸਪਟੈਂਬਰ ਨੂੰ ਇਹਨਾਂ ਕੌਮ ਦੇ ਗਦਾਰਾਂ ਦੇ ਪੁਤਲੇ ਫੂਕੋ, ਅਸੀਂ ਨਡਾਲੇ ਭਲਾ 'ਚ ਫੂਕਾਂਗੇ ਅਤੇ ਆਉਣ ਵਾਲੇ ਦਿਨਾਂ 'ਚ ਅਸੀਂ 40 ਦਿਨ ਦਾ ਅਲਟੀਮੇਟਮ ਦੇ ਕੇ ਕੋਈ ਅੱਛਾ ਰੋਸ ਦਾ ਪ੍ਰਦਰਸ਼ਨ ਕਰਨ ਦਾ ਕਿਸ ਤਰੀਕੇ ਨਾਲ ਕਰਨਾ ਦੈਟ ਵੀ ਵਿਲ ਲੈਟ ਯੂ ਨੋ ਐਟ ਦ ਟਾਈਮ। ਸੋ ਮੈਂ ਤੁਹਾਡਾ ਸਭ ਦਾ ਇਸ ਵਿਸ਼ੇ ਦੇ ਉੱਤੇ ਬਹੁਤ ਬਹੁਤ ਰਿਣੀ ਹੈ। ਮੈਂ ਸੰਗਰੂਰ ਜਾ ਰਿਹਾ, ਸਾਡੀ ਇੱਕ ਆਮ ਆਦਮੀ ਪਾਰਟੀ ਦੀ ਵਰਕਰਸ ਮੀਟਿੰਗ ਹੈ ਛੋਟੀ ਜਿਹੀ, ਜਿਹੜੇ ਆਉਣ ਵਾਲੇ ਅਸੀਂ ਸਮੇਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਨੀ, ਮੈਂ ਉਸ ਲਈ ਟਰੈਵਲ ਕਰ ਰਿਹਾ ਸੀ। ਸੋ ਮੈਂ ਸੋਚਿਆ ਕਿ ਇਹ ਸਮੇਂ ਨੂੰ ਮੈਂ ਤੁਹਾਨੂੰ ਸਭ ਨੂੰ ਅਪੀਲ ਕਰਾਂ। ਸੋ ਮੇਰੀ ਕਾਇੰਡਲੀ ਮੇਰੀ ਅਪੀਲ ਪ੍ਰਵਾਨ ਕਰਨੀ, ਸਾਡੀ ਅਪੀਲ ਪ੍ਰਵਾਨ ਕਰਨੀ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਸ਼ਲ ਮੀਡੀਆ ਬਿਊਰੋ ਰਿਪੋਰਟ, ਚੈਨਲ ਪੰਜਾਬ।